ओटीटी आ गया, सिनेमा खत्म। सिनेमे ने इस साल प्रूव करता कि सिनेमा सिनेमा ही है, सिनेमे नूं कोई भी मात नहीं दे सकता, क्योंकि इत्थे तुहाडे अगे सेंसर है। सब तो पहला तो वेलकम अगेन थोड़ा सारे का। सो बाकी आप करते हैं शुरू, पूछो जो भी तुम पूछना है। सारे आए हुए असि तो बहुत बोल रहे हैं। कलाकार ने, मजे हुए अदाकार ने, बहुत पुराना काम करते आ रहे ने, चंगे लेखक भी ने, तो उन्होंने लिखी हुई फिल्मा भी बहुत कामयाब हुई ने। सो उन्होंने जो किरदार से सारे बहुत पसंद है। और मैं स्पैशली ये कहना चाहूँगा कि जिनी भी कास्ट है, चाहे वो संजू सोलंकी बाई हो, गुरजट हो, मिट्टू गापा बाई, सारे ने बहुत सोहना काम किया। जपजी जी का एक नवा अवतार जो है वो सू देखने मिले है ना। तो मैडम का तो मैं फैन है शुरू से, बॉर्ड के इन्होंने मेरे मदर का किरदार किया है उदों तो ही है ना। मैं इन्होंने बारे तो कोई कितों परंतु है नहीं, इन्होंने बेटी तुम्हें पता ही, जो स्कूल इन्ना वधिया है तो स्टूडेंट अपने आप ही विजय निकल गए ना। टोटैलिटी च फिल्म बहुत वधिया, मैसेज दिंदी है। जब जी उन्होंने क्रिएटर लई की कहना चाहुंगे, इन्हां लई तां कमाल है, कमाल है। सरप्राइज किया इन्होंने सीरियल लई, और जचे भी बहुत ने। पुलिस वाला जो चाहिए सी कुड़ी पुलिस वाले उस रोल दे विच करैक्टर दे विच जस्टिफाई किया। देखो सिनेमा जिहड़ा हैगा ना, वो हर तरह का हो सकता है। वो हड्डा रोड़ी च भी शूट हो सकता है जी। बहुत औखा काम है बी जी, बहुत औखा काम है। ਮੋੜ ਜਿਵੇਂ ਮੌੜ ਫਿਲਮ ਆਈ ਆ, ਮਸਤਾਨੇ ਆਈ ਆ, ਹੁਣ ਚੇਤਾ ਸਿੰਘ ਆਈ ਆ, ਸੋ ਪੰਜਾਬੀ ਸਿਨੇਮੇ ਦੇ ਵਿੱਚ ਬਾ ਕਮਾਲ ਕੰਮ ਮਿਲਦਾ, ਇਸ ਤੋਂ ਪਹਿਲਾਂ ਨਹੀਂ ਹੋਇਆ ਕਦੇ। ਸੋ ਇਹ ਇਹ ਸਾਲ ਕਿੰਨਾ ਕੁ ਸਪੈਸ਼ਲ ਆ, ਅੱਗੇ ਫਿਊਚਰ ਕੀ ਹੋਣਾ? ਭਾਈ ਇਹ ਸਾਲ ਹੀ ਸਾਰਾ ਟੋਟੈਲਿਟੀ ਚ ਸਿਨੇਮੇ ਲਈ ਉਹ ਚੰਗਾ ਹੈ। ਚਾਹੇ ਬਾਲੀਵੁੱਡ ਨੂੰ ਸਭ ਤੋਂ ਥੱਲੇ ਗਿਣਿਆ ਜਾਂਦਾ ਸੀ ਕਿ ਜਿਹੜਾ ਸਾਊਥ ਦਾ ਸਿਨੇਮਾ ਉਹ ਡੋਮੀਨੇਟ ਕਰ ਰਿਹਾ ਬਾਲੀਵੁੱਡ, ਬਾਲੀਵੁੱਡ ਮੇਰੇ ਸਵਾਲ ਉਧਰੋਂ ਆ ਰਹੇ ਨੇ ਮੈਂ ਕੀ ਕਰਾਂ ਹੁਣ। ਸਾਡਾ ਤਾਂ ਜਿਹੜੇ ਵੀ ਸਵਾਲ ਕਰੀ ਜਾਂਦਾ ਹੈ ਨਾ, ਤਾਂ ਇਹ ਹੈ ਕਿ ਟੋਟੈਲਿਟੀ ਦੇ ਵਿੱਚ ਜਿਹੜਾ ਸਿਨੇਮਾ ਇਹ ਸਾਲ ਹੈ ਜਿਹੜਾ ਬਹੁਤ ਚੰਗਾ ਰਿਹਾ ਹੈ ਨਾ। ਇੱਕ ਜ਼ਰੂਰੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਬ੍ਰਦਰ, ਹੁਣ ਸੁਣ ਲਾ। ਸਭ ਦੇ ਮਨ 'ਚ ਇਹ ਸੀਗਾ ਕਿ ਓਟੀਟੀ ਆ ਗਿਆ, ਸਿਨੇਮਾ ਖਤਮ। ਸਿਨੇਮੇ ਨੇ ਇਸ ਸਾਲ ਪ੍ਰੂਵ ਕਰਤਾ ਕਿ ਸਿਨੇਮਾ ਸਿਨੇਮਾ ਹੀ ਹੈ, ਸਿਨੇਮੇ ਨੂੰ ਕੋਈ ਵੀ ਮਾਤ ਨਹੀਂ ਦੇ ਸਕਦਾ, ਕਿਉਂਕਿ ਇੱਥੇ ਤੁਹਾਡੇ ਅੱਗੇ ਸੈਂਸਰ ਹੈ, ਤੁਹਾਨੂੰ ਗ੍ਰੇਡ ਮਿਲਣਾ, ਉੱਥੇ ਕੋਈ ਗ੍ਰੇਡ ਨਹੀਂ ਹੈ। ਤੁਸੀਂ ਫੈਮਿਲੀ ਨਾਲ ਬੈਠ ਕੇ ਨਾ ਓਟੀਟੀ ਨਹੀਂ ਦੇਖ ਸਕਦੇ, ਤੁਹਾਨੂੰ ਕਦੋਂ ਸ਼ਰਮਿੰਦਾ ਹੋਣਾ ਪੈ ਜੇ। 13+ ਲਿਖ ਕੇ ਵੀ ਤੁਹਾਨੂੰ ਕਈ ਵਾਰ ਅੱਖਾਂ ਨੀਵੀਆਂ ਕਰਨੀਆਂ ਪੈ ਜਾਂਦੀਆਂ ਹੈ ਨਾ। ਸੋ ਇੱਥੇ ਤੁਹਾਨੂੰ ਪਤਾ ਜੋ ਦਿਖਾਇਆ ਜਾਊਗਾ, ਤੁਸੀਂ ਜਾਣਾ ਨਹੀਂ ਜਾਣਾ ਤੁਹਾਡੀ ਚੋਇਸ ਹੈ। ਇਹਦੇ ਲਈ ਮਤਲਬ ਅਟਪਾਗੀ ਆਡੀਅੰਸ ਆ, ਕਿਉਂਕਿ ਤੁਸੀਂ ਹੁਣੇ ਆਏ ਹੋ 20 ਮਿੰਟ ਪਹਿਲਾਂ ਨਾ, ਇੱਥੇ ਖੜਨ ਦੀ ਜਗ੍ਹਾ ਨਹੀਂ ਸੀ। ਬਿਲਕੁਲ ਬਿਲਕੁਲ, ਆਡੀਅੰਸ ਨੇ ਭਰੀ ਹੋਈ ਸੀ। ਭਾਈ ਜੀ ਮੈਂ ਪੰਜਾਬੀ ਸਿਨੇਮੇ ਨੂੰ ਵਧਾਈ ਦਿੰਦਾ ਕਿ ਬਹੁਤ ਵੱਡਾ ਕੰਮ ਹੋ ਰਿਹਾ। ਮੌੜ ਫਿਰ ਮਸਤਾਨੇ ਮੈਂ ਦੇਖ ਕੇ ਮਤਲਬ ਕਮਾਲ ਹੈ ਯਾਰ, ਹੈ ਨਾ। ਸੋ ਹੁਣ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਮੇਕਰਸ ਨੇ, ਪ੍ਰੋਡਿਊਸਰਸ ਨੇ, ਉਹਨਾਂ ਦੇ ਹੌਸਲੇ ਬੁਲੰਦ ਹੋਣਗੇ। ਸਾਡੇ ਤਾਂ ਯਾਰ ਯੋਧੇ ਇੰਨੇ ਪਏ ਨੇ, ਸਾਡੇ ਸਿੱਖ ਇਤਿਹਾਸ ਦੇ ਇੰਨੇ ਯੋਧੇ ਪਏ ਨੇ। ਸੋ ਹੁਣ ਖੁੱਲ੍ਹ ਕੇ ਬਜਟ ਲੱਗਣਗੇ ਅਤੇ ਫਿਲਮਾਂ ਬਣਨਗੀਆਂ। ਔਰ ਜਿਹੜਾ ਸਿਨੇਮਾ ਹੈ ਨਾ, ਉਹ ਸਾਡੀ ਜਨਰੇਸ਼ਨ 'ਤੇ ਬਹੁਤ ਅਸਰ ਪਾਉਂਦਾ, ਸਾਡੇ ਯੂਥ 'ਤੇ ਬਹੁਤ ਅਸਰ ਪਾਉਂਦਾ। ਜਦੋਂ ਸਾਡੇ ਯੋਧਿਆਂ ਦੀਆਂ ਕਹਾਣੀਆਂ ਕਹਾਂਗੇ ਨਾ, ਤਾਂ ਜਿਹੜਾ ਸਾਡਾ ਯੂਥ ਹੈ, ਤੁਸੀਂ ਉਹਦਾ ਵੀ ਮੋਰਾਲ ਦੇਖਿਓ, ਤਾਂ ਉਹਨਾਂ ਦੀ ਸੋਚ 'ਚ ਫਰਕ ਆਉਂਦਾ। ਇੱਕ ਘੈਂਟ ਫਿਲਮ ਦਾ ਹੋਰ ਮੈਂ ਜ਼ਿਕਰ ਕਰਨਾ ਚਾਹੁੰਦਾ ਹਾਂ ਨਾ, ਮਸਤਾਨੇ ਦੀ ਗੱਲ ਹੋ ਗਈ, ਮੌੜ ਦੀ ਹੋ ਗਈ, ਹੁਣ ਇਹਦੀ ਵੀ ਹੋ ਗਈ, ਨਾਲ ਨਾਲ ਜਪਜੀ ਮੈਡਮ ਕਹਿੰਦੇ ਨੇ ਬਲੈਕੀਆ ਤਿਆਰ ਹੋ ਰਹੀ ਆ। ਬਲੈਕੀਆ ਥੋੜ੍ਹੇ ਜਿਹੇ ਪਿੱਛੇ ਗੱਡੀ ਹੋਣਾ ਸੀ, ਉਹਦੀ ਜਿਹੜੀ ਡੇਟ ਹੈ ਉਹਦੀ ਅਸੀਂ ਅੱਗੇ ਕਰਨੀ ਪੈ ਗਈ, ਕਿ ਬੈਡ ਇੰਸੀਡੈਂਟ ਹੋ ਗਿਆ ਸੀਗਾ ਸ਼ੂਟ 'ਤੇ, ਕੋਈ ਹਾਰਡ ਡਰਾਈਵ ਲੈ ਗਿਆ ਚੱਕ ਕੇ, ਹੈ ਨਾ, ਸ਼ੀਸ਼ਾ ਭੰਨ ਕੇ ਕਾਰ ਦਾ। ਹੁਣ ਕੀ ਉਹਦੇ ਪਿੱਛੇ ਕਿਹਦਾ ਮਨਸੂਬਾ ਸੀ ਸਾਨੂੰ ਨਹੀਂ ਪਤਾ, ਤਾਂ ਕੁਦਰਤੀ ਇੱਕ ਹਾਰਡ ਡਰਾਈਵ ਹੋਰ ਨਾਲ ਪਈ ਸੀ ਜਿਹਦੇ ਵਿੱਚ ਜ਼ਿਆਦਾ ਡਾਟਾ ਸੀ, ਉਹ ਬਚ ਗਈ। ਬਟ ਉਹ ਬੰਦਾ ਉਹ ਲੈ ਗਿਆ ਜੀ, 4 ਦਿਨ ਦਾ ਸ਼ੂਟ ਸੀਗਾ, ਉਹ ਰੀਸ਼ੂਟ ਕਰਾਂਗੇ। ਨਹੀਂ ਵੀਰੇ, ਸਿਨੇਮਾ ਹਰ ਤਰ੍ਹਾਂ ਦਾ ਹੁੰਦਾ, ਕਦੇ ਵੀ ਮੈਂ ਨਹੀਂ ਕਹਿੰਦਾ ਕਿ ਕਾਮੇਡੀ ਫਿਲਮਾਂ ਲੋਕ ਦੇਖਦੇ ਰਹਿੰਦੇ। ਜਦੋਂ ਜਦੋਂ ਚੰਗਾ ਸਿਨੇਮਾ ਆਇਆ ਲੋਕਾਂ ਨੇ ਐਪਰੀਸ਼ੀਏਟ ਕੀਤਾ। ਕਾਮੇਡੀ ਸਿਨੇਮੇ ਦੇ ਦੌਰ ਦੇ ਵਿੱਚ ਵੀ ਫਿਲਮਾਂ ਆਈਆਂ ਨੇ, ਰੱਬ ਦਾ ਰੇਡੀਓ ਵਰਗੀਆਂ, ਜੱਟ ਜੇਮਸ ਬੌਂਡ ਵਰਗੀਆਂ, 84 ਵਰਗੀਆਂ ਲੋਕਾਂ ਨੇ ਦੇਖੀਆਂ ਨੇ। ਆਪਾਂ ਇਹ ਨਹੀਂ ਕਹਿ ਸਕਦੇ ਕਿ ਪੰਜਾਬੀ ਸਿਰਫ ਕਾਮੇਡੀ ਸਿਨੇਮਾ ਹੀ ਦੇਖਦੇ ਨੇ। ਸਿਨੇਮਾ ਤਾਂ ਸੰਪੂਰਨ ਹੁੰਦਾ ਜਦੋਂ ਹਰ ਤਰ੍ਹਾਂ ਦਾ ਸਿਨੇਮਾ ਬਣਦਾ, ਜਦੋਂ ਸੋਸ਼ਲ ਮੁੱਦਿਆਂ ਦੀ ਗੱਲ ਹੁੰਦੀ ਹੈ, ਤੁਹਾਨੂੰ ਹੱਸਣ ਹਸਾਉਣ ਦੀ ਗੱਲ ਹੁੰਦੀ ਹੈ, ਹੈ ਨਾ, ਇੱਦਾਂ ਦੀਆਂ ਕਹਾਣੀਆਂ ਬਣਦੀਆਂ ਨੇ, ਸਮਾਜਿਕ ਬੁਰਾਈਆਂ ਦੀ ਗੱਲ ਹੁੰਦੀ ਹੈ, ਉਦੋਂ ਸਿਨੇਮਾ ਸੰਪੂਰਨ ਹੁੰਦਾ। ਰਾਜੂ ਬਾਈ, ਤੁਸੀਂ ਥੋੜ੍ਹਾ ਜਿਹਾ ਦੱਸੋ ਕਿ ਕਿੰਨਾ ਕੁ ਫਰੈਸ਼ ਹੋ ਗਏ ਹੋ ਫਿਲਮਾਂ ਵੇਖ ਕੇ। ਬਹੁਤ ਪਿਆਰੀ ਪਿਆਰੀ ਫਿਲਮਾਂ ਬਾਰੇ ਆਪਾਂ ਡਿਸਕਸ ਕਰਕੇ ਹਟੇ ਹਾਂ, ਸਾਰੀਆਂ ਫਿਲਮਾਂ ਤੁਸੀਂ ਦੇਖੀਆਂ ਨੇ, ਜਮਨਾਜ਼ ਚੇਤਾ ਸਿੰਘ ਬਾਰੇ ਤੁਸੀਂ ਦੱਸੋ। ਚੇਤਾ ਸਿੰਘ ਬਹੁਤ ਕਮਾਲ ਦੀ ਮੂਵੀ ਆ ਜੀ, ਮੂਵੀ ਦਾ ਪਲੋਟ, ਸਟੋਰੀ ਬਹੁਤ ਜ਼ਿਆਦਾ ਇੰਟਰਸਟਿੰਗ ਹੈ, ਮਤਲਬ ਬੰਦਾ ਖੁੱਬਦਾ ਜਾਂਦਾ, ਖੁੱਬਦਾ, ਰੁਝਾਨ ਟੁੱਟਦਾ ਨਹੀਂ ਪੂਰੀ ਮੂਵੀ ਦੇ ਵਿੱਚ, ਹੈ ਨਾ। ਇਹ ਨਹੀਂ ਹੈ ਕਿ ਬੰਦਾ ਕਿਤੇ ਬੋਰ ਹੋ ਜਾਵੇ, ਕੜੀ ਨਾ ਕੜੀ ਜੁੜਦੀ ਜਾਂਦੀ ਹੈ। ਤੁਸੀਂ ਮੂਵੀ ਦੇਖੋਗੇ ਤਾਂ ਫਿਰ ਤੁਹਾਨੂੰ ਪਤਾ ਲੱਗੂਗਾ। ਬਾਕੀ
ਸਾਰੀ ਟੀਮ ਬਹੁਤ ਕਮਾਲ ਦੀ ਆ, ਸਾਰੇ ਥੀਏਟਰ ਵਾਲੇ ਆਰਟਿਸਟ ਨੇ, ਕੋਈ ਸ਼ੱਕ ਨਹੀਂ ਹੈ। ਜਿੱਦਾਂ ਭਾਅ ਜੀ ਉਹਨਾਂ ਨੂੰ ਦੱਸਿਆ, ਪ੍ਰਿੰਸ ਭਾਅ ਜੀ ਦਾ ਕਰੈਕਟਰ ਬਹੁਤ ਕਮਾਲ ਦਾ, ਜਪਜੀ ਉਹਨਾਂ ਦਾ ਕਰੈਕਟਰ ਬਹੁਤ ਕਮਾਲ ਦਾ, ਔਰ ਜਿਹੜੀ ਉਹ ਹੱਡਾ ਰੋਡੀ ਵਾਲੀ ਗੱਲ ਆ ਉਹ ਵਾਕਈ ਬਹੁਤ ਔਖਾ ਹੈ। ਉੱਥੇ ਸ਼ੂਟ ਕਰਨਾ ਅਸੀਂ ਦੇਖ ਰਹੇ ਸੀ, ਔਰ ਕੋਸਟਿਊਮ ਦੇ ਉੱਪਰ ਜਿਹੜਾ ਚਾਹੇ ਬਲੱਡ ਨਕਲੀ ਹੋਈ ਲਾਉਂਦੇ ਆ, ਪਰ ਜਦੋਂ ਲੱਗਦਾ ਹੈ ਉਦੋਂ ਪਤਾ ਲੱਗਦਾ ਵੀ ਉਹ ਮੇਕਅਪ ਨੂੰ ਲਾਉਣਾ ਕਰਨਾ ਉਤਾਰਨਾ ਬਹੁਤ ਜ਼ਿਆਦਾ ਮਿਹਨਤ ਆ। ਹਰੇਕ ਕੰਮ ਦੇ ਵਿੱਚ ਬਰੀਕ ਬਰੀਕ ਹੀ ਕੰਮ ਬੜੇ ਹੁੰਦੇ ਨੇ। ਤੋ ਬਹੁਤ ਵਧਾਈ ਦੀ ਪਾਤਰ ਆ ਜੀ ਸਾਰੀ ਟੀਮ, ਸਾਡੀ ਸਾਰੀ ਟੀਮ ਵੱਲੋਂ। ਹੋਰ ਭਾਅ ਜੀ, ਪੰਜਾਬੀ ਸਿਨੇਮਾ ਨੂੰ ਕਿੱਥੇ ਵੇਖਣਾ ਚਾਹੁੰਦੇ ਹੋ, ਕਿਉਂਕਿ ਜੀ ਆਈ ਤੋਂ ਬਾਅਦ ਪੰਜਾਬੀ ਸਿਨੇਮਾ ਤੁਸੀਂ ਆ ਪਹੁੰਚਿਆ ਹੈ, ਉਹ ਪਦਮ ਮਾਨ ਦੀ ਜੀ ਆਈ ਫਿਲਮ ਤੋਂ ਸ਼ੁਰੂ ਹੋਈ ਸੀ ਜਿਹੜੀ ਸ਼ੁਰੂਆਤ ਸੀ, ਤੁਸੀਂ ਜਿਹੜਾ ਨੈਕਸਟ ਸਕਸੈਸ ਹੈ, ਤੁਹਾਡੀ ਵਿਊ ਵਿਜ਼ਨ ਹੈ, ਗੁਲਾਬ ਨਿਕਲਿਆ ਹੋਵੇ ਵਿਚਾਲੇ ਜੇ ਖੂਬ ਜੀ ਆਈ ਸੀ, ਪਰ ਆਹ ਸਾਲ ਦੇ ਵਿੱਚ ਫਿਰ ਜਿਹੜੀਆਂ ਫਿਲਮਾਂ ਆਈਆਂ ਨਾ ਇਹਨੇ ਬਹੁਤ ਕਮਾਲ ਦਾ ਕੰਮ ਕੀਤਾ। ਦੇਖੋ ਅੱਜ ਮੈਂ ਤੁਹਾਡੀ ਗੱਲ ਤੇ ਇੱਕ ਬਾਈ ਜੀ ਦੀ ਗੱਲ ਦੇ ਜਵਾਬ ਦੇਣਾ ਤੁਹਾਨੂੰ ਕਿ ਜਿਹੜਾ ਸਿਨੇਮੇ ਦੀ ਆਪਾਂ ਰਿਵਾਈਵਲ ਕਹੀਏ ਨਾ, ਤਾਂ ਉਹ ਮਨਮੋਹਨ ਸਿੰਘ ਤੇ ਹਰਭਜਨ ਬਾਈ ਨੇ ਹੀ ਕੀਤੀ, ਸਾਡਾ ਸਿਨੇਮਾ ਉਹਨਾਂ ਦਾ ਜ਼ਿਕਰ ਨਹੀਂ ਕਰਦਾ, ਬਟ ਉਹਨਾਂ ਦਾ ਜ਼ਿਕਰ ਸਾਨੂੰ ਆਲਵੇਜ਼ ਕਰਨਾ ਚਾਹੀਦਾ। ਜੇ ਅਸੀਂ ਅੱਜ ਇੱਥੇ ਸਟੈਂਡ ਕਰਦੇ ਹਾਂ, ਇੱਕ ਚੰਗਾ ਸਿਨੇਮਾ ਆਇਆ ਤਾਂ ਬਿਕੋਜ਼ ਆਫ ਮਨਮੋਹਨ ਸਿੰਘ ਤੇ ਹਰਭਜਨ ਬਾਈ ਜੀ, ਉਹਨਾਂ ਨੇ ਜਿਹੜੀ ਉਹ ਸ਼ੁਰੂਆਤ ਕੀਤੀ ਸੀ, ਉੱਥੋਂ ਸਾਡਾ ਸਿਨੇਮਾ ਦੁਬਾਰਾ ਸ਼ੁਰੂ ਹੋਇਆ। ਅੱਜ ਜਿੱਦਾਂ ਮੈਂ ਤੁਹਾਡੇ ਸਾਹਮਣੇ ਖੜੀ ਹਾਂ, ਮੈਨੂੰ ਲੱਗਦਾ ਮੈਂ ਓਬਵੀਅਸਲੀ ਉਹਨਾਂ ਕਰਕੇ ਆਈ ਹਾਂ, ਸਰਦਾਰ ਮਨਮੋਹਨ ਸਿੰਘ ਜੀ ਉਹਨਾਂ ਨੇ ਸਿਨੇਮਾ ਰਿਵਾਈਵ ਕੀਤਾ ਹਰਭਜਨ ਜੀ, ਸੋ ਇਮੈਂਸ ਰਿਸਪੈਕਟ ਫੋਰ ਦੀਸ ਬਿਗ ਰਿਸਪੈਕਟਡ ਫੇਸਿਸ ਜਿਹੜੇ ਆਪਣੇ ਇੰਡਸਟਰੀ ਦੇ ਥੰਮ ਨੇ, ਸੋ ਉਹਨਾਂ ਕਰਕੇ ਸਿਨੇਮਾ ਰਿਵਾਈਵ ਹੋਇਆ, ਔਰ ਅੱਜ ਮੈਨੂੰ ਲੱਗਦਾ ਮੈਂ ਉਹਨਾਂ ਕਰਕੇ ਇੱਥੇ ਖੜੀ ਹਾਂ, ਸੋ ਇਹ ਮੈਂ ਇਸ ਮਾਧਿਅਮ ਰਾਹੀਂ ਮੈਂ ਉਹਨਾਂ ਦਾ ਵੀ ਥੈਂਕ ਯੂ ਕਰਨਾ ਚਾਹੁੰਦੀ ਹਾਂ। ਆਪਾਂ ਚੇਤਾ ਸਿੰਘ ਦੀ ਲਈ ਇਕੱਠੇ ਹੋਏ ਅੱਜ ਨਾ, ਚੇਤਾ ਸਿੰਘ ਨੂੰ ਕ੍ਰੀਏਟ ਕਰਨ ਵਾਲੇ ਤੁਹਾਡੇ ਪਿੱਛੇ ਡਾਇਰੈਕਟਰ ਸਾਹਿਬ ਖੜੇ ਨੇ, ਮੈਂ ਚਾਹੁੰਦਾ ਕਿ ਤੁਸੀਂ ਉਹਦੇ ਕੰਮ ਦੀ ਥੋੜ੍ਹੀ ਜਿਹੀ, ਮੈਂ ਲੱਗਦਾ ਨਹੀਂ ਕਿ ਇਹਨਾਂ ਦੀ ਪਹਿਲੀ ਫਿਲਮ ਹੈ, ਮੈਂ ਇਹਨਾਂ ਨਾਲ ਕੰਮ ਕੀਤਾ ਹੋਇਆ, ਪਹਿਲਾਂ ਇਹਨਾਂ ਨੇ ਮੇਰੀ ਫਿਲਮ ਦੇ ਕਿਤੇ ਗਾਣੇ ਸ਼ੂਟ ਕੀਤੇ ਸੀਗੇ, ਬਟ ਇਹ ਸੀਰੀਅਸਲੀ ਵਧਾਈ ਦੇ ਪਾਤਰ, ਉਹਨਾਂ ਨੇ ਬਹੁਤ ਬਹੁਤ ਵਧੀਆ ਡਾਇਰੈਕਟ ਕੀਤਾ। ਸਾਰੀ ਪੰਜਾਬੀ ਇੰਡਸਟਰੀ ਨੂੰ ਸਪੋਰਟ ਕਰ ਰਹੀ ਹੈ, ਤੁਹਾਡੀ ਫਿਲਮ ਨੂੰ ਕੰਮ ਨੂੰ ਐਪਰੀਸ਼ੀਏਟ ਕਰ ਰਹੀ ਹੈ ਨਾ, ਕਿਹੜੇ ਕਿਹੜੇ ਇਮੋਸ਼ਨਲ ਔਰ ਖੁਸ਼ੀ ਵਾਲੇ ਵਰਡਸ ਨੇ ਜਿਹੜੇ ਤੁਸੀਂ ਆਪਣੀ ਆਡੀਅੰਸ ਨੂੰ ਕਹਿਣਾ ਚਾਹੁੰਦੇ ਹੋ? ਮੈਂ ਬਸ ਇਹੀ ਕਹਿਣਾ ਚਾਹੁੰਦਾ ਕਿ ਡੈਬਿਊ ਫਿਲਮ ਸੀਗੀ ਮੇਰੇ ਲਈ ਥੋੜ੍ਹਾ ਜਿਹਾ ਔਖਾ ਸੀਗਾ, ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਲੋਕ ਨਾ, ਜਦੋਂ ਆਪਾਂ ਬੰਬੇ ਜਾਂ ਕਿਤੇ ਜਾਂਦੇ ਸੀਗੇ ਨਾ, ਉਹ ਕਹਿੰਦੇ ਤੁਹਾਡੀ ਤੁਸੀਂ ਕੋਮੇਡੀ ਫਿਲਮਾਂ ਕਰਦੇ ਹੋ, ਵੀ ਤੁਹਾਡੀ ਫਿਲਮਾਂ ਉਹੀ ਚੱਲਦੀਆਂ ਜਿਹੜਾ ਕੋਮੇਡੀ ਵੱਲ ਜ਼ਿਆਦਾ ਵਾ। ਅਤੇ ਮੇਰੇ ਦਿਮਾਗ 'ਚ ਇਹੀ ਸੀਗਾ ਜਦੋਂ ਰਾਣਾ ਜੇਠੂਵਾਲ ਜਿਹੜੇ ਸਾਡੇ ਪ੍ਰੋਡਿਊਸਰ ਨੇ, ਰਾਈਟਰ ਨੇ, ਉਹਨਾਂ ਨਾਲ ਜਦੋਂ ਗੱਲ ਹੋਈ ਸੀ, ਮੈਂ ਕਿਹਾ ਮੈਂ ਜਦੋਂ ਵੀ ਫਿਲਮ ਬਣਾਉਂਦਾ ਨਾ ਤਾਂ ਮੈਂ ਥੋੜ੍ਹਾ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰੂੰਗਾ ਜਿਹਦੇ ਵਿੱਚ ਲੋਕਾਂ ਨੂੰ ਟੇਸਟ ਡਿਫਰੈਂਟ ਮਿਲੇ, ਬਈ ਉਹ ਨਾ ਹੋਵੇ। ਇਹੀ ਆਪਾਂ ਕੋਸ਼ਿਸ਼ ਕੀਤੀ ਹੈ, ਅਤੇ ਤੁਸੀਂ ਜਾਓ ਸਿਨੇਮਾ ਘਰਾਂ 'ਚ, ਬਸ ਜਾ ਕੇ ਫਿਲਮ ਦੇਖੋ, ਤਾਂ ਕਿ ਇਹ ਗੱਲ ਕੋਈ ਵੀ ਕਿਤੇ ਵੀ ਕਰਦਾ ਤਾਂ ਪੰਜਾਬੀ ਸਿਨੇਮਾ ਕੋਈ ਰੀਜਨਲ ਸਿਨੇਮਾ ਨਹੀਂ ਹੈਗਾ। ਮੈਂ ਇਹ ਕਹਿਣਾ ਚਾਹੁੰਦਾ ਆਪਾਂ ਇੰਡੀਅਨ ਸਿਨੇਮਾ ਗਈਏ, ਹੁਣ KGF ਫਿਲਮ ਆਈ ਆ, ਪੁਸ਼ਪਾ ਆਈ ਆ, ਉਹਨਾਂ ਨੂੰ ਕੋਈ ਰੀਜਨਲ ਸਿਨੇਮਾ ਕਹੂਗਾ? ਸਾਡੀ ਪੰਜਾਬੀ ਫਿਲਮਾਂ ਨੂੰ ਰੀਜਨਲ ਸਿਨੇਮਾ ਕਿਉਂ? ਅਸੀਂ ਵੀ ਇੰਡੀਅਨ ਸਿਨੇਮਾ, ਮਤਲਬ ਮੈਂ ਚਾਹੁੰਦਾ ਕਿ ਸਾਰੇ ਅਸੀਂ ਮਿਲ ਕੇ ਇੰਡੀਅਨ ਸਿਨੇਮਾ ਹੀ ਬਣਾਈਏ, ਰੀਜਨਲ ਸਿਨੇਮਾ ਨਾ ਲੱਗੇ। ਚੇਤਾ ਸਿੰਘ ਤੂੰ ਫਿਰ ਹਿੰਦੀ 'ਚ ਡੱਬ ਕਰਨੀ ਆ ਤੁਸੀਂ? ਕਾਫੀ ਸਾਰਿਆਂ ਦੇ ਮੈਸੇਜਿਸ ਆ ਰਹੇ ਨੇ, ਉਹ ਇਹੀ ਕਹਿ ਰਹੇ ਤੁਸੀਂ ਹਿੰਦੀ 'ਚ ਕਿਉਂ ਨਹੀਂ ਡੱਬ ਕੀਤੀ, ਤੁਸੀਂ ਹੋਰ ਲੈਂਗੁਏਜਿਸ 'ਚ ਕਿਉਂ ਨਹੀਂ ਡੱਬ ਕੀਤੀ? ਕਿਉਂਕਿ ਲੈਂਗੁਏਜ ਜਦੋਂ ਮੈਨੂੰ ਵੀ ਕੋਈ ਕੰਟੈਂਟ ਪਸੰਦ ਆਉਂਦਾ ਤਾਂ ਉਹ ਲੈਂਗੁਏਜ ਵਾਲਾ ਬੈਰੀਅਰ ਮੈਂ ਤੋੜ ਕੇ ਮੈਂ ਸਭ ਟਾਈਟਲਸ ਲੱਭ ਕੇ ਦੇਖਦੀ ਹਾਂ ਜਦੋਂ ਕੰਟੈਂਟ ਅੱਛਾ ਹੁੰਦਾ। ਸੋ ਦੇਖ ਲਓ ਹੁਣ ਇੱਥੋਂ ਲੱਗਦਾ ਹੈ ਕਿ ਲੋਕਾਂ ਨੂੰ ਸਾਰਿਆਂ ਨੂੰ ਫਿਲਮ ਪਸੰਦ ਆਈ ਆ, ਨੋ ਮੈਟਰ ਵਟ ਲੈਂਗੁਏਜ ਇਟ ਇਜ਼ ਇਨ, ਚਾਹੇ ਪੰਜਾਬੀ 'ਚ ਬਣੀ ਆ ਫਿਲਮ, ਪਰ ਸਾਰੇ ਕੰਟੈਂਟ ਨੂੰ ਬਹੁਤ ਪਸੰਦ ਕਰ ਰਹੇ ਨੇ। ਸੋ ਥੈਂਕ ਯੂ ਸੋ ਮੱਚ। ਬਾਕੀ ਆਪਣੇ ਨਾਲ ਹੈਗੇ ਨੇ ਜੀ ਦਸਤਾ ਰਾਜਵੀਰ ਨੇ, ਮਤਲਬ ਬਿਹਤਰ ਸ਼ਬਦਾਂ ਦੇ ਵਿੱਚ ਮੈਂ ਬਸ ਐਡ ਔਨ ਕਰੂੰਗਾ ਕਿ ਪ੍ਰਿੰਸ ਬਾਈ ਦੀ ਅਦਾਕਾਰੀ 'ਤੇ ਕੋਈ ਸ਼ੱਕ ਨਹੀਂ, ਜਾਂਦੀ ਉਹਨਾਂ ਦੀ ਅਦਾਕਾਰੀ 'ਤੇ ਕੋਈ ਸ਼ੱਕ ਨਹੀਂ। ਸੋ ਜਿਹੜੇ ਨਵੇਂ ਚਿਹਰੇ ਐਡ ਔਨ ਹੋਏ ਨੇ ਮੂਵੀ ਦੇ ਵਿੱਚ, ਚਾਹੇ ਮਿੰਟੂ ਉਹਨਾਂ ਨੇ ਕੰਮ ਕੀਤਾ ਜਾਂ ਹੋਰ ਇਹ ਸਾਡੀ ਭੈਣ ਨੇ ਕੰਮ ਕੀਤਾ ਨਾ, ਸੋ ਮੈਨੂੰ ਲੱਗਦਾ ਵੀ ਨਵੇਂ ਚਿਹਰੇ ਇੰਟਰੋਡਿਊਸ ਹੋਏ ਨੇ, ਇਹ ਵੀ ਪੰਜਾਬੀ ਸਿਨੇਮੇ ਲਈ ਬਹੁਤ ਵਧੀਆ ਸਾਈਨ ਨੇ। ਅਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਇੱਦਾਂ ਦੇ ਸਬਜੈਕਟਾਂ ਨੂੰ ਸੈਲੀਬ੍ਰੇਟ ਕਰਿਆ ਕਰੋ, ਕਿਉਂਕਿ ਇੱਦਾਂ ਦੇ ਵਿਸ਼ਿਆਂ 'ਤੇ ਫਿਲਮ ਬਣਾਉਣ ਲਈ ਸੱਚੀ ਬਹੁਤ ਵੱਡਾ ਦਿਲ ਚਾਹੀਦਾ, ਜਿਵੇਂ ਹੱਡਾ ਰੋੜੀ ਵਾਲੀ ਗੱਲ ਕੀਤੀ ਰਾਜਵੀਰ ਨੇ ਨਾ, ਅਤੇ ਸੋ ਮੈਂ ਤੁਹਾਨੂੰ ਕ੍ਰੈਡਿਟ ਦੇਣਾ ਚਾਹੁੰਦਾ, ਜਿਹੜਾ ਸਥਾਪਿਤ ਕਲਾਕਾਰ ਹੁੰਦਾ ਪ੍ਰਿੰਸ ਵਰਗਾ ਜਾਂ ਕੋਈ ਵੀ, ਮੈਨੂੰ ਲੱਗਦਾ ਉਹ ਇੱਦਾਂ ਦੇ ਚੈਲੇਂਜ ਲੈਂਦਾ ਨਹੀਂ, ਅਤੇ ਇੱਦਾਂ ਦਾ ਚੈਲੇਂਜ ਲੈਣਾ ਫਿਰ ਉਹਦੇ ਉੱਤੇ ਪੂਰਾ ਉਤਰਨਾ, ਇਸ ਚੀਜ਼ ਦੀ ਸੋਚੀ ਟੀਮ ਨੂੰ ਵਧਾਈ ਹੈ।